ਕਿਲਾ ਲੋਗੜ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਉਸਾਰੇ ਗਏ ਪੰਜ ਕਿਲਿਆਂ ਵਿੱਚੋਂ ਇਹ ਕਿਲਾ ਦੂਜਾ ਸਭ ਤੋਂ ਸੁਰੱਖਿਅਤ ਕਿਲਾ ਸੀ ਇਸ ਸਥਾਨ ਤੇ ਗੁਰੂ ਜੀ ਵੱਲੋਂ ਸ਼ਸਤਰ ਬਣਾਉਣ ਦੀ ਫੈਕਟਰੀ ਸਥਾਪਿਤ ਕੀਤੀ ਗਈ ਸੀ ਸੰਨ 1700 ਈਸਵੀ ਵਿੱਚ ਪਹਾੜੀ ਰਾਜਿਆਂ ਨੇ ਕਿਲਾ ਲੋਗੜ ਉਤੇ ਕਬਜ਼ਾ ਕਰਨ ਲਈ ਤੇ ਮਜ਼ਬੂਤ ਦਰਵਾਜ਼ੇ ਨੂੰ ਤੋੜਨ ਦੇ ਲਈ ਹਾਥੀ ਨੂੰ ਸ਼ਰਾਬ ਪਿਲਾ ਕੇ ਮੱਥੇ ਤੇ ਲੋਹੇ ਦੀਆਂ ਤਵੀਆਂ ਤੇ ਤਲਵਾਰਾਂ ਬੰਨ੍ਹ ਕੇ ਭੇਜਿਆ ਸੀ। ਬਰੰਤੂ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ 나ਗਣੀ ਵਰਸ਼ੇ ਦੇ ਨਾਲ ਉਸ ਮਸਤ ਸ਼ਰਾਬੀ ਹਾਥੀ ਨੂੰ ਜ਼ਖਮੀ ਕਰ ਦਿੱਤਾ ਤੇ ਜ਼ਖਮੀ ਹੋਇਆ ਹਾਥੀ ਆਪਣੀਆਂ ਫੌਜਾਂ ਦਾ ਨੁਕਸਾਨ ਕਰਦਾ ਹੋਇਆ ਪਿੱਛੇ ਦੌੜ ਗਿਆ ਸੀ। ਇਹ ਹੈ ਉਹ ਅਸਥਾਨ ਕਿਲਾ ਲੋਗੜ ਸਾਹਿਬ